ਦੇਖੋ ਆਖਿਰ ਕਿੱਦਾਂ ਬਰਨਾਲਾ ਦੇ ਸਰਵ ਹਿਤਕਾਰੀ ਸਕੂਲ ਵਿੱਚ ਨਾਬਾਲਿਗ ਬੱਚਿਆਂ ਕੋਲੋਂ ਨਾਗਰਿਕਤਾ ਸੰਸ਼ੋਧਨ ਬਿੱਲ ਦੇ ਹੱਕ ਵਿੱਚ ਕਰਵਾਏ ਜਾ ਰਹੇ ਸੀ ਸਾਈਨ ਤੇ ਹੁਣ ਉੱਠਿਆ ਵੱਡਾ ਬਵਾਲ ਤੇ ਕੇਂਦਰ ਸਰਕਾਰ ਤੇ ਸਵਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰ ਪਿਆਰੇ, ਤੁਸੀਂ ਸਭ ਨੇ ਬਿਲਕੁਲ ਸਹੀ ਸੁਣਿਆ। ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਵਿਖੇ ਪਿਛਲੇ ਦਿਨੀ ਸਰਵ ਹਿਤਕਾਰੀ ਸਕੂਲ ਵੱਲੋਂ ਨਾਬਾਲਿਗ ਬੱਚਿਆਂ ਕੋਲੋਂ ਨਾਗਰਿਕਤਾ ਸੰਸ਼ੋਧਨ ਕਾਨੂੰਨ ਦੇ ਹੱਕ ਵਿੱਚ ਸਾਈਨ ਕਰਵਾਏ ਗਏ ਸੀ ਤੇ ਜਿੱਦਾਂ ਹੀ ਇਸ ਬਾਬਤ ਬੱਚਿਆਂ ਦੇ ਮਾਪਿਆਂ ਨੂੰ ਪਤਾ ਲੱਗਿਆ ਤਾਂ ਇਸ ਦਾ ਵਿਰੋਧ ਕਰਦਿਆਂ ਹੋਇਆਂ ਮਾਪੇ ਸਕੂਲ ਤੱਕ ਪਹੁੰਚ ਗਏ, ਜਿਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਬੱਚਿਆਂ ਤੋਂ ਹਸਤਾਕਸ਼ਰ ਕਰਵਾਏ ਹੋਏ ਬੈਨਰ ਨੂੰ ਪੁਲਿਸ ਹਵਾਲੇ ਕਰ ਦਿੱਤਾ ਸੀ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵਿਰੋਧ ਕਰਦਿਆਂ ਹੋਇਆਂ ਸਕੂਲ ਦੀ ਸਥਾਨਕ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਇਹ ਅਰਜ਼ ਭੇਜੀ ਗਈ ਸੀ ਕਿ ਸਕੂਲ ਦਾ ਪ੍ਰਿੰਸੀਪਲ ਬਦਲਿਆ ਜਾਵੇ। ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਸਥਾਨਕ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਵੱਲੋਂ ਸਕੂਲੀ ਪ੍ਰਿੰਸੀਪਲ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਅੱਜ ਮੁੜ ਨਾਬਾਲਿਗ ਬੱਚਿਆਂ ਦੇ ਮਾਪਿਆਂ ਅਤੇ ਯੂਥ ਕਾਂਗਰਸ ਦੇ ਅਗਵਾਈ ਵਿੱਚ ਸਕੂਲ ਦੇ ਸਾਹਮਣੇ ਧਰਨਾ ਠੋਕਿਆ ਗਿਆ ਤੇ ਇਸ ਧਰਨੇ ਦੇ ਵਿੱਚ ਨਾਬਾਲਿਗ ਬੱਚਿਆਂ ਦੇ ਮਾਪਿਆਂ ਨੇ ਯੂਥ ਕਾਂਗਰਸ ਦੇ ਨੇਤਾਵਾਂ ਨੇ ਸਕੂਲ ਪ੍ਰਿੰਸੀਪਲ ਨੂੰ ਬਦਲਣ ਅਤੇ ਸਕੂਲ ਦੀ ਮਾਨਤਾ ਰੱਦ ਕਰਨ ਦੀ ਗੱਲ ਆਖੀ ਅਤੇ ਪ੍ਰਿੰਸੀਪਲ ਉੱਤੇ ਮੁਕੱਦਮਾ ਦਰਜ ਕਰਨ ਦੀ ਵੀ ਮੰਗ ਕੀਤੀ। ਉਹਨਾਂ ਨੇ ਮਾਫ਼ੀ ਵੀ ਮੰਗੀ ਹੈ ਪਰ ਉਹਨਾਂ ਨੇ ਹਜੇ ਤੱਕ ਜੋ ਉਹਨਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ। ਪ੍ਰਿੰਸੀਪਲ ਦੀ ਬਦਲੀ ਦੀ ਗੱਲ ਸੀ ਉਹ ਨਹੀਂ ਕੀਤੀ ਉਹਨਾਂ ਨੇ। ਉਸ ਦੇ ਵਿਰੋਧ ਦੇ ਵਿੱਚ ਅੱਜ ਸਾਰਾ ਹੀ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ, ਆਪਾਂ ਨੂੰ ਇਹ ਦੱਸਣ ਦੀ ਲੋੜ ਹੈਗੀ ਆਪਾਂ ਭਾਰਤ ਦੇ ਨਾਗਰਿਕ ਆ, ਜਿੱਥੇ ਆਪਾਂ ਪੈਦਾ ਹੋਏ ਆ ਆਪਾਂ ਨੂੰ ਵੋਟ ਦੇਣ ਦਾ ਅਧਿਕਾਰ ਆ ਕੇ ਇੱਕ ਸਕੂਲ ਆ ਜਿਹੜੀ ਪੂਰੇ ਪੇਪਰ ਭਾਰਤ ਦੇ ਵਿੱਚ ਲੜਾਈ ਚੱਲ ਰਹੀ ਆ ਐਨ ਆਰ ਸੀ ਨੂੰ ਲੈ ਕੇ। ਗੁਰਪਿਆਰੇ, ਇੱਕ ਵੱਡਾ ਸਵਾਲ ਹੈ ਕਿ ਆਖਿਰ ਸਕੂਲ ਦੇ ਵਿੱਚ ਨਾਬਾਲਿਗ ਬੱਚਿਆਂ ਕੋਲੋਂ ਹਸਤਾਕਸ਼ਰ ਕਿਉਂ ਕਰਵਾਏ ਜਾ ਰਹੇ ਸੀ, ਉਹ ਵੀ ਅਜਿਹੇ ਬਿੱਲ ਨੂੰ ਲੈ ਕੇ ਜਿਸ ਕਰਕੇ ਪੂਰੇ ਦੇ ਪੂਰੇ ਭਾਰਤ ਵਿੱਚ ਅੱਗ ਲੱਗੀ ਹੋਈ ਹੈ। ਮਹੀਨਿਆਂ ਬੱਧੀ ਹੋ ਗਏ ਲੋਕ ਸੜਕਾਂ ਉੱਤੇ ਬੈਠੇ ਹੋਏ ਨੇ, ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਮੁਸਲਮਾਨ ਭੈਣਾਂ ਸੜਕਾਂ ਉੱਤੇ ਬੈਠੀਆਂ ਹੋਈਆਂ ਨੇ, ਪਰ ਸਕੂਲਾਂ ਨੂੰ ਅਜਿਹੇ ਆਦੇਸ਼ ਕਿਹਨਾਂ ਵੱਲੋਂ ਜਾਰੀ ਕੀਤੇ ਗਏ ਕਿ ਨਾਬਾਲਿਗ ਬੱਚਿਆਂ ਤੋਂ ਹਾਮੀਆਂ ਭਰਵਾਈਆਂ ਜਾਣ, ਸਾਈਨ ਕਰਵਾਏ ਜਾਣ ਕਿ ਉਹ ਚਾਹੁੰਦੇ ਨੇ ਕਿ ਨਾਗਰਿਕਤਾ ਸੰਸ਼ੋਧਨ ਕਾਨੂੰਨ ਪੂਰੇ ਭਾਰਤ ਵਿੱਚ ਲਾਗੂ ਹੋਵੇ। ਹੁਣ ਇਸ ਦੇ ਪਿੱਛੇ ਦਾ ਅਸਲ ਸੱਚ ਕੀ ਹੈ ਇਹ ਅੱਗੇ ਵੇਖਣਾ ਹੋਵੇਗਾ, ਪਰ ਆਗਾਮੀ ਚੋਣਾਂ ਦੇ ਵਿੱਚ ਪੰਜਾਬ ਦੀ ਆਵਾਮ ਨੂੰ ਇਹ ਧਿਆਨ ਖਾਸ ਰੱਖਣਾ ਹੋਵੇਗਾ ਕਿ ਮੁੜ ਉਹਨਾਂ ਨੇ ਇਹਨਾਂ ਰਵਾਇਤੀ ਪਾਰਟੀਆਂ ਉੱਤੇ ਅਕਾਲੀ ਭਾਜਪਾ ਤੇ ਕਾਂਗਰਸ ਤੇ ਭਰੋਸਾ ਕਰਨਾ ਜਾਂ ਕਿਸੇ ਤੀਜੀ ਸਾਫ਼ ਸੁਥਰੀ ਚੰਗੀ ਮਜ਼ਬੂਤ ਧਿਰ ਨੂੰ ਬਹੁਮਤ ਦੇ ਕੇ ਜਿਤਾ ਕੇ ਪੰਜਾਬ ਦੀ ਸੱਤਾ ਤੇ ਕਾਬਜ਼ ਕਰਨਾ ਹੈ ਤਾਂ ਜੋ ਪੰਜਾਬ ਦੀ ਜਵਾਨੀ ਬਚਾਈ ਜਾ ਸਕੇ, ਪੰਜਾਬ ਦੀ ਕਿਸਾਨੀ ਬਚਾਈ ਜਾ ਸਕੇ, ਪੰਜਾਬ ਦੇ ਪਾਣੀਆਂ ਦਾ ਹੱਕ ਲਿੱਤਾ ਜਾ ਸਕੇ ਤੇ ਸਭ ਤੋਂ ਅਹਿਮ ਪੰਜਾਬ ਦੇ ਸਿਰ ਤੋਂ ਕਰਜ਼ੇ ਦੀ ਭੰਡ ਲਾਈ ਜਾ ਸਕੇ ਤੇ ਇਹਨਾਂ ਸਾਲ ਦਰ ਸਾਲ ਦਹਾਕਿਆਂ ਦੇ ਦਹਾਕੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋ ਗਏ, ਪੰਜਾਬ ਦੀ ਆਵਾਮ ਦਾ ਖੂਨ ਚੂਸਦੀਆਂ ਪਾਰਟੀਆਂ ਨੂੰ ਤਰੱਕੀ ਨਾਲ ਕੀਤਾ ਜਾ ਸਕੇ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਬਿਊਰੋ ਰਿਪੋਰਟ, ਗੁਰਬਾਣੀ ਅਖੰਡ ਬਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।